ਆਪਣਾ ਕਿਹੜੇ ਜਗ੍ਹਾ ਤੋਂ ਆਏ? ਬੰਦੇ ਜ਼ਖਮੀ ਕਰਕੇ ਨਾਲ ਨਿਕਲਣ ਦੀ ਕੋਸ਼ਿਸ਼, ਕਿੰਨੇ ਜਾਣੇ ਹੋ? ਇਹ ਘੱਟੋ ਘੱਟ 7-8 ਜਾਣੇ ਸੀਗੇ, ਇਹਨਾਂ ਨੇ ਪੂਰੀ ਤਰ੍ਹਾਂ ਕਾਰ ਵੀ ਤੋੜਤੀ ਬਰਾਤ ਵਾਲੀ। ਸਰ ਆਪਣਾ ਨਾਮ ਬੋਲ ਦਿਓ ਜੀ। ਮੇਰਾ ਨਾਮ ਜੋਗਾ ਸਿੰਘ ਹੈ ਜੀ। ਠੀਕ ਹੈ ਜੀ। ਹਾਂਜੀ ਸਰ, ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਲੁਧਿਆਣੇ ਤੋਂ ਆ, ਮੇਰੀ ਬੇਟੀ ਦੀ ਮੈਰਿਜ ਸੀਗੀ। ਸਰ ਆਪਣਾ ਨਾਮ ਬੋਲਿਓ ਮੈਡਮ। ਮੇਰਾ ਨਾਮ ਸਰੂਪ ਸਿੰਘ, ਸਰਪੰਚ ਲੁਧਿਆਣੇ ਤੋਂ। ਸਰ ਕੀ ਗੱਲ ਹੋਈ ਤੁਹਾਡੇ ਇੱਥੇ ਜੀ? ਹਾਂਜੀ, ਕੀ ਗੱਲ ਹੋਈ ਤੁਹਾਡੇ ਇੱਥੇ ਜੀ? ਇੱਥੇ ਅਸੀਂ ਤਾਂ ਮਤਲਬ ਸਾਡੇ ਬਰਾਤ ਆਈ ਹੈ ਅਤੇ ਅਸੀਂ ਆਪਣੀ ਬੇਟੀ ਦੀਆਂ ਮਿਲਣੀਆਂ ਕਰ ਰਹੇ ਸੀਗੇ। ਇੱਧਰੋਂ ਗੁੰਡੇ ਬੰਦੇ ਆਏ ਆ 5-6, ਜਿਨ੍ਹਾਂ ਦੇ ਹੱਥ ਵਿੱਚ ਬੇਸਵਾਲ ਸੀਗੀਆਂ, ਨੰਗੀਆਂ ਕਿਰਪਾਨਾਂ ਸੀਗੀਆਂ, ਕੰਡੇ ਸੀਗੇ। ਆਉਂਦੇ ਇੱਕਦਮ ਹਮਲਾ ਕਰਤਾ, ਸਾਨੂੰ ਨਹੀਂ ਪਤਾ ਉਹਨਾਂ ਦੀ ਬਰਾਤ ਜਾਣ ਦਾ ਕੋਈ ਰੰਜਿਸ਼ ਸੀਗੀ ਜਾਂ ਕੁਛ ਹੋਇਆ, ਪਰ ਸਾਡਾ ਸਾਰਾ ਹੀ ਜਿੰਨਾ ਵੀ ਉਹਨਾਂ ਦਾ ਸਿਸਟਮ ਹੈ ਸਾਰਾ ਖਰਾਬ ਕਰਤਾ। ਸਾਡੇ ਕਾਫੀ ਜਿਹੜੇ ਆਪਣੇ ਬੰਦੇ ਉਹ ਕਾਫੀ ਵੱਟੜ ਹੋ ਗਏ ਨੇ, ਕੁਛ ਹਸਪਤਾਲ ਪਏ ਆ, ਅਤੇ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ। ਗੁਰੂ ਘਰ ਦੇ ਵਿੱਚ ਆ ਕੇ ਇਹਨਾਂ ਨੇ ਹਮਲਾ ਕੀਤਾ, ਇਹਨਾਂ ਗੁੰਡਾ ਬੱਜਿਆਂ ਨੂੰ ਰੱਜ ਤੋਂ ਸਜ਼ਾ ਸੀ। ਸਰ ਬਰਾਤ ਕਿਹੜੀ ਜਗ੍ਹਾ ਤੋਂ ਆਈ ਹੈ? ਇਹ ਬਰਾਤ ਅੰਮ੍ਰਿਤਸਰ ਤੋਂ ਆਈ ਹੈ। ਕਿਹੜੀ ਜਗ੍ਹਾ ਆਈ ਹੈ? ਗੁਰੂ ਨਾਨਕਪੁਰ ਤੋਂ ਆਈ ਹੈ ਜੀ। ਅਤੇ ਕਿਹੜੀ ਜਗ੍ਹਾ, ਜਲੰਧਰ ਕਿਹੜੀ ਜਗ੍ਹਾ ਆਏ ਆਪਾਂ ਜੀ? ਸ਼ੇਖ ਜੀ ਵਿਆਹ ਦੌਰਾਨ ਸਰ ਆਪਣਾ ਕੀ ਕਹਿਣਾ ਸਰ? ਮੌਕੇ 'ਤੇ ਪੁੱਛਿਆ ਤਾਂ ਪਤਾ ਲੱਗਿਆ ਵੀ ਇੱਕ ਬਰਾਤ ਆਈ ਸੀ ਅੰਮ੍ਰਿਤਸਰ ਤੋਂ, ਉਹਦੇ ਲੜਕੇ ਵਾਲੇ ਵਿੱਚੋਂ ਲੜਕਾ ਇੱਕ ਆਇਆ ਸੀਗਾ, ਉਹਦੇ ਪਿੱਛੇ ਉਹਨੂੰ ਕੋਈ ਮਾਰੂ ਜਿੱਤਣਾ ਆਇਆ ਅਤੇ ਆਪਸ 'ਚ ਲੜੇ ਆ, ਕੋਈ ਆਪਸ 'ਚ ਲੜਕੀ ਵਾਲੇ ਲੜਕਿਆਂ ਨੂੰ ਝਗੜਾ ਨਹੀਂ ਹੈਗਾ। ਅੱਛਾ, ਲੜਕੇ ਵਾਲੇ 'ਚੋਂ ਕੋਈ ਆਪਸ 'ਚ ਕਰਨਾ ਹੈਗਾ ਲੱਗ ਰਿਹਾ, ਇਹ ਕੋਸ਼ਿਸ਼ ਕਰ ਰਹੇ ਬਾਕੀ ਕਿ ਉਹ ਬਿਆਨ ਲੈ ਕੇ ਪਰਦਾ ਕਰ ਗਿਆ। ਕਿੱਥੇ ਦੇ ਸੀਗੇ ਬੰਦੇ? ਪਤਾ ਲੱਗਾ ਡੱਲੇ ਪਿੰਡ ਦੇ ਆ, ਕਾਲੇ ਕੋਲ। ਸਰ ਕਿਹੜੀ ਜਗ੍ਹਾ ਹੋਇਆ ਜੀ ਆਪਸਾ ਜੀ? ਛੱਡਦਾ ਮੱਲਾ ਗੁਰਦੁਆਰਾ। ਠੀਕ ਹੈ।